ਤੇਲ ਦੇ ਨਾਲ ਮਹਿੰਦੀ ਚੱਕਦੀ ਹੈ ਇੱਥੇ ਅੰਬੀ ਬਣਾ ਕੇ ਖੋਲ ਦੋ ਇਸਕੋ ਖਿੱਚ ਦੋ ਹਾਂ ਘੜੀ ਵੀ ਮੈਂ ਬੰਦ ਲੈਂਦੀ ਇਹ ਮੇਕੋ ਦੇ ਦਿਓ ਮੇਕੋ ਦੇ ਦਿਓ ਚਲੋ ਜੀ ਟੈਟੂ ਬੰਦ ਹੋ ਜਾਏਗਾ ਕੋਈ ਬਾਤ ਨਹੀਂ ਲਗਾ ਦਿਓ ਜਿਤਨੀ ਚੜੇਗੀ ਉਤਨੀ ਚੜੇਗੀ ਵੈਸੇ ਅਸੀਂ ਮਹਿੰਦੀ ਕਿਹੜੀ ਖੁਸ਼ੀ ਚਲਵਾਉਣ ਲੱਗੇ ਹਾਂ ਮਹਿੰਦੀ ਕੌਣ ਸੀ ਖੁਸ਼ੀ ਮੈਂ ਲੱਗਣੇ ਲੱਗੇ ਆ ਉੱਦੀ ਮਤਲਬ ਵੈਸੇ ਹੀ ਮਤਲਬ ਤੁਸੀਂ ਅੱਜ ਕੱਲ੍ਹ ਗੁੱਸੇ ਹੋ ਇੰਨਾ ਹੁੰਦੇ ਤਾਂ ਕਰਕੇ ਮੈਂ ਕਿਹਾ ਤੁਸੀਂ ਠੰਡੇ ਰਹੋਗੇ ਤਾਂ ਮੈਂ ਬੁਲਾਇਆ ਸੀ ਇਹਨਾਂ ਨੂੰ ਮੈਂ ਕਿਹਾ ਅੱਜ ਇਨਕਾ ਅੱਜ ਕੱਲ੍ਹ ਇਨਕਾ ਦਿਮਾਗ ਜ਼ਿਆਦਾ ਗਰਮ ਰਹਿਣ ਲਗਾ ਹੈ ਮਹਿੰਦੀ ਇਨਕੇ ਸਿਰ ਮੇ ਵੀ ਥੋੜ੍ਹੀ ਸੀ ਲਗਾ ਦੇਣਾ ਠੀਕ ਹੈ ਮਾਥੇ ਪੇ ਜ਼ਰੂਰੀ ਹੈ ਥੋੜ੍ਹੀ ਸੀ ਨਾਮ ਮੇਰਾ ਲਿਖ ਦੇਣਾ ਤਾਂ ਵੀ ਠੰਡੀ ਰਹੇ ਬਹੁਤ ਜ਼ਿਆਦਾ ਗਰਮ ਹੋਤੀ ਹੈ ਇਹ ਅਭੀ ਵੀ ਮੇਰੇ ਸੇ ਲੜਾਈ ਕਰਕੇ ਅਭੀ ਹਮ ਕਚਹਿਰੀ ਸੇ ਆ ਰਹੇ ਹੈ ਕਹਿ ਕੌਣ ਰਿਹਾ ਹੈ ਇਹ ਕਚਹਿਰੀ ਮੇ ਹਮਾਰੀ ਅਭੀ ਹੋਈ ਹੈ ਵੋ ਕਿਆ ਕਹਤੇ ਹੈ ਨਹੀਂ ਹੈਲੋ ਵਹਾਂ ਪੇ ਹੋਤਾ ਨਹੀਂ ਹੈ ਵੋ ਲੜਾਈ ਕੇ ਬਾਅਦ ਕਿਆ ਹੋਤਾ ਹੈ ਫੈਸਲਾ ਕਰਕੇ ਆਏ ਹੈ ਅਭੀ ਅਭੀ ਕਚਹਿਰੀ ਸੇ ਹੈ ਯੇ ਬਹੁਤ ਲੜਾਈ ਕਰਤੀ ਹੈ ਮੇਰੇ ਸੇ ਆਜ ਕਲ ਨਜ਼ਰ ਲੱਗ ਗਈ ਹੈ ਇਨਕੋ ਮਹਿੰਦੀ ਤੁਸੀਂ ਆਪ ਬਣਾਉਣੇ ਨਾ ਇਹ ਮੈਂ ਹਰ ਵਾਰ ਪੁੱਛਣੀ ਹੁੰਦੀ ਤੁਹਾਨੂੰ ਸਟੂਪਿਡ ਕੁਐਸਚਨ ਕਿਹੜਾ ਇਹ ਤੁਸੀਂ ਮਹਿੰਦੀ ਆਪ ਬਣਾਉਣੇ ਨਾ ਇਹ ਉਤਰੇਗੀ ਤਾਂ ਨਹੀਂ ਜਲਦੀ ਭਈ ਮੇਰੇ ਬਹੁਤ ਜਲਦੀ ਉਤਰ ਜਾਤੀ ਹੈ ਮਹਿੰਦੀ ਯੇ ਮੈਨੇ ਰਾਖੀ ਪੇ ਲਗਵਾਈ ਥੀ ਯੇ ਹਾਥ ਪੇ ਦੇਖੋ ਘਰ ਪੇ ਹੀ ਲਗਾਈ ਥੀ ਮੇਰੀ ਭਤੀਜੀ ਨੇ ਬਾਰਾਂ ਕੋ ਥੀ ਹਾਂ ਕੁਛ ਦਿਨ ਹੀ ਨਹੀਂ ਹੋਏ ਅਭੀ ਤੱਕ ਬਾਰਾਂ ਕੋ ਥੀ ਯੇ ਦੇਖੋ ਮਹਿੰਦੀ ਕਿਆ ਬਾਤ ਹੈ ਵਿਆਹ ਨੂੰ ਮਹਿੰਦੀ ਲਗਾਈ ਸੀ ਇਹਨਾਂ ਤੋਂ ਮੈਨੂੰ ਤਾਂ ਆਦਤ ਆ ਮੈਂ ਕਿੱਦਾਂ ਹਟਾਂ ਬਾਂਧ ਕੇ ਬਿਠਾ ਦੋ ਮੁਝੇ ਤੁਸੀਂ ਯਾਰ ਕਿਆ ਕਹੀ ਜਾਂਦੇ ਆ ਉਹ ਤਾਂ ਫਿਊਨ ਸੀਗਾ ਬਲਜੀਤ ਦਾ ਉਹ ਸੀਗਾ ਕੋਈ ਲਾਈਟਿੰਗ ਵਗੈਰਾ ਦਾ ਰੋਲਾ ਭਰ ਲਿਆ ਚਲੋ ਮਹਿੰਦੀ ਲਵਾ ਲਈ ਹੈ ਫਿਰ ਦੇਖਦੇ ਹਾਂ ਕੀ ਬਣਦਾ ਆ ਸੋਹਣੀ ਜਿਹੀ ਲਗਵਾਉਣੀ ਮੈਂ ਪੂਰੀ ਭਰ ਕੇ ਦੋਨੇ ਹੱਥਾਂ 'ਤੇ ਦੋਨੇ ਹੱਥਾਂ 'ਤੇ ਬਦਨਾਮ ਕਰਨ ਲੱਗ ਟੰਕੀਆਂ ਨੀ ਇਹਨਾਂ ਨੂੰ ਨੈਕਸਟ ਟਾਈਮ ਇਨਕੀ ਮਹਿੰਦੀ ਲਗਾਓਗੇ ਪਰ ਇਹ ਬਤਾ ਬਤਾ ਦੋ ਲਗਾਓਗੇ ਮਹਿੰਦੀ ਪਤਾ ਨੀ ਲਗਾਓਗੇ ਪਰ ਇਹ ਬਤਾਓ ਪੰਜ ਦਿਨ ਬਾਅਦ ਆਪੋ ਫਿਰ ਆਣਾ ਹੈ ਆਓਗੇ ਕਿਆ ਸੁਣਨਾ ਚਾਹੁੰਦੇ ਸੀ ਤੁਸੀਂ ਕਿਆ ਸੋਚਿਆ ਤਾ ਦੇਖਿਆ ਮੈਂ ਬਿਲਕੁਲ ਕਰ ਦੀ ਕਰਦੇ ਆ ਤੰਗ ਕਿਹਨੂੰ ਕੀਤਾ ਕੀਤਾ ਕੀ ਹਾਂ ਮੈਂ ਕੀਤਾ ਬੇ ਕੀਆ ਤੰਗ ਤੈਨੂੰ ਆਪਕੋ ਸੱਚ ਸੱਚ ਬਤਾ
देखो बताओ मैंने किया हाथ हिला नहीं दे दिया हाथ से पूरी तंग हो देखिए उन्होंने पता लग गया मैं खुद ही समझू मैं किसी को क्या तंग करूंगी देखिए मैं डर से गल की मैं बिल्कुल हिली थोड़ा तब के ज्यादा टेंशन मैं बिल्कुल हिली थोड़ा मैं नहीं लगाऊंगी कहना ज्यादा टेंशन दे इसको करते हां अभी आपको टेंशन है खाते मैं नु टेंशन सही गल है पता है जाके सोना है ना ने चल वो कुत्ता नु आना चाहिए जाके सोना है हैं पता नहीं होता पहले होता पहले थोड़ी ना होता अभी की तो बात है लूटते हैं लोग बाहर ये देखो क्या है खराब करी जाने ताई खेदा वो थोड़ी जी चल कोई चक्कर नहीं मेहंदी बहुत सोहनी लाई है तो आए है बला चोर तो सू सारे पता ही है जिन्होंने नहीं तो बुला लो बढ़िया भैया बता दो इनको आप कहाँ से आए हो बला चोर से आए जी आपने एड्रेस बताओ उच्ची बोलो ਬੜਾ ਜੋ ਛਾਵੜਾ ਲਹਿੰਗਾ ਹਾਊਸ ਹਾਂਜੀ ਛਾਵੜਾ ਲਹਿੰਗਾ ਹਾਊਸ ਆਪਣਾ ਨੰਬਰ ਬੋਲ ਦੋ ਉੱਚੀ ਕਰੇ ਨੰਬਰ ਹੈ 98785 77454 ਸੁਣ ਗਿਆ ਵੀਡੀਓ ਰੋਕ ਕੇ ਦੁਬਾਰਾ ਸੁਣ ਲਓ ਜੇ ਕਿਸੇ ਨੂੰ ਸੁਣਨਾ ਆ ਮਹਿੰਦੀ ਬਹੁਤ ਸੋਹਣੀ ਲਾਉਂਦੇ ਆ ਵੀ ਤੁਸੀਂ ਉਹ ਵੀ ਮਹਿੰਦੀ ਲਾ ਲੈਂਦੇ ਨਾ ਜਿਹੜੀ ਇੱਦਾਂ ਉੱਪਰ ਕਾਲੀ ਮਹਿੰਦੀ ਹੁੰਦੀ ਆ ਕਾਲੀ ਮਹਿੰਦੀ ਵੀ ਹੁੰਦੀ ਆ ਤੇ ਉਹ ਲਾਵੇ ਸਾਡੇ ਐਮਰਜੈਂਸੀ ਹੁੰਦੀ ਆ ਉਹ ਐਮਰਜੈਂਸੀ ਲਵਾਣੀ ਸੀ ਉਸਨੇ ਵਾਲ ਲਾਵਾ ਕੱਲ ਖਤਮ ਹੋ ਜਾਏਗਾ ਅੱਛਾ ਕਿਵੇਂ ਨਹੀਂ ਲਵਾਉਣੀ ਜਾਣ ਲੱਗੇ ਲਗਵਾਇਆ ਮੈਂ ਉਹ ਕਹਿੰਦੀ ਸੀ ਤੁਸੀਂ ਗੁੱਡੀਆਂ ਵਾਲੀ ਨਹੀਂ ਬਣਾਉਂਦੇ ਹੁੰਦੇ ਮੈਂ ਦੇਖਦੀ ਹੁੰਦੀ ਹਾਂ ਹਨਾ ਹਾਂ ਹਾਂ ਮੈਂ ਉਹ ਵੀ ਬਣਦੇ ਦੁਲਹਾ ਦੁਲਹਨ ਵਾਲੀ ਹਾਂ ਡੋਲੀ ਵਾਲੀ ਵੀ ਸਾਰੀਆਂ ਬਣਾ ਲੈਂਦੇ ਉਹ ਖੁਦ ਸੇ ਬਣਾਉਂਦੇ ਹੋ ਜਾਂ ਸਟਿੱਕਰ ਸੇ ਬਣਾਉਂਦੇ ਹੋ ਹਾਂ ਹੱਥ ਸੇ ਬਣਾਉਂਦੇ ਹੋ ਕਹਾਂ ਸੇ ਸਿੱਖੀ ਮਹਿੰਦੀ ਦਿੱਲੀ ਯਾਰ ਨੇੜੇ ਤੇੜੇ ਨਹੀਂ ਖੜਦੇ ਤੁਸੀਂ ਨਾ ਨਾ ਹਾਂ ਸੱਚੇ ਤਾਂ ਹੈਗੇ ਦਿੱਲੀ ਤੋਂ ਕਿਸੇ ਖੁਸ਼ੀ ਚ ਨੀ ਲਵਾਈ ਓਦੀ ਮੇਰਾ ਦਿਲ ਕੀਤਾ ਮਹਿੰਦੀ ਲਵਾ ਲੈਂਦੇ ਆ ਤਾਂ ਕਰਕੇ ਅਸੀਂ ਮਹਿੰਦੀ ਲਵਾ ਲਈ ਤੁਸੀਂ ਮੁੜ ਕੇ ਇਸ ਤੋਂ ਬਾਅਦ 'ਚ ਆਪਾਂ ਕਰਵਾ ਚੌਥ 'ਤੇ ਲਵਾਉਣੀ ਆ ਕਰਵਾ ਚੌਥ 'ਤੇ ਆਪਾਂ ਇਹਨਾਂ ਤੋਂ ਲਵਾਉਣੀ ਆ ਹੁਣ ਇਹ ਪ੍ਰੂਫ ਇਕੱਠਾ ਕਰਕੇ ਰੱਖ ਲੈਂਦੇ ਹਾਂ ਤੁਸੀਂ ਆਉਣਾ ਕਰਵਾ ਚੌਥ 'ਤੇ ਮਹਿੰਦੀ ਲਾਉਣ ਸਾਡੇ 5 ਦਿਨ ਪਹਿਲੇ ਆਏਗੀ ਪੰਜ ਦਿਨ ਕਰਵਾ ਚੌਥ 'ਤੇ ਮਹਿੰਦੀ ਲਗਾਓਗੇ ਨਾ 3 ਦਿਨ ਪਹਿਲੇ ਕੀ ਆਪਣਾ ਕਰਾਂ ਉਤਰ ਜਾਏਗੀ ਨਹੀਂ ਨਹੀਂ ਇੱਕ ਦਿਨ ਮੈਂ ਕਲਰ ਆ ਜਾਂਦਾ ਹੈ ਨਹੀਂ ਆਓਗੇ ਇੱਕ ਦਿਨ ਪਹਿਲੇ ਲਗਾਉਣੀ ਹੈ ਮੈਨੇ ਠੀਕ ਹੈ ਬਸ ਠੀਕ ਹੈ ਅੱਜ ਸਵੇਰ ਦਾ ਮੀਂਹ ਪੈਂਦਾ ਆ ਪਤਾ ਨਹੀਂ ਰਾਤ ਦਾ ਹੀ ਪੈਂਦਾ ਹੈ ਮੰਮੀ ਹੋਣੀ ਕਹਿੰਦੇ ਅਤੇ ਆਹ ਦੇਖੋ ਡੈਡੀ ਨੇ ਸਵੇਰੇ ਸਵੇਰੇ ਰੋਲਾ ਵੀ ਚੱਕਿਆ ਸਹੀ 'ਚ ਡੈਡੀ ਦੇ ਪਕੌੜੇ ਬਹੁਤ ਜ਼ਿਆਦਾ ਸਵਾਦ ਹੁੰਦੇ ਆ ਡੈਡੀ ਨੇ ਸਵੇਰੇ ਬਣਾ ਕੇ ਰੱਖ ਦਿੱਤੇ ਮੈਂ ਰੈਡੀ ਹੋ ਕੇ ਚੱਲੀ ਸੀ ਕਹਿੰਦੇ ਰੁਕ ਜਾ ਮੈਂ ਪਕੌੜੇ ਬਣਾਉਣਾ ਆ ਫਿਰ ਜਾਏ ਪਕੌੜੇ ਦੀ ਛੱਕ 'ਚ ਸਵਾਦ ਲੱਗੇ ਸੱਚੀ ਸ਼ਵਾਸੀ ਮੇਰੇ ਪੈਰ ਲਾਉਣੇ ਇਹਨੇ ਨਹੀਂ ਸ਼ਵਾਸੀ ਚੱਲ ਡੈਡੀ ਨੂੰ ਦੱਸ ਕੇ ਆਈ ਆ ਜਾ ਪੱਕੋ ਆ ਜਾ ਆ ਜਾ ਆ ਜਾ ਛੇਤੀ ਆ ਜਾ ਛੇਤੀ ਆ ਜਾ
ਪਕੌੜੇ ਬਹੁਤ ਸਵਾਸੀ ਕੋਈ ਨੀ ਵੰਡ ਕੇ ਖਾ ਲੂਗੇ ਮੈਡਮ ਮਾੜਾ ਸਾਰੇ ਕਿਆ ਕਰਨੇ ਤੁਸੀਂ ਖਾਣੇ ਲੱਗਦਾ ਚਲੋ ਪੈਕ ਕਰ ਲਈ ਹੁਣ ਸਰਜੂ ਪੱਕਾ ਸਰ ਗਿਆ ਬਸ ਸਹੀ ਆ ਚੱਲ ਮੈਂ ਪੈਕ ਕਰ ਲਵਾਂ ਲਓ ਜੀ ਜਿਹੜੇ ਆ ਇੱਕ ਗਾਹਕ ਸਾਡਾ ਇੱਧਰ ਦੇਖੀ ਜਾਂਦਾ ਕਿਹੜਾ ਗਾਹਕ ਜੀ ਪਕੌੜੇ ਖਾ ਲੋ ਲਪਾਵਿਆ ਲਵਾਵਿਆ ਲੁਧਿਆਣ ਹੋਏ ਪੈਰ ਮਾਰਿਆ ਮੇਰੇ ਪਾਇਆ ਤੈਨੂੰ ਇੱਕ ਇੰਨਾ ਵੱਡਾ ਤੈਨੂੰ ਸਵਾਦ ਲੱਗਿਆ ਮੰਮੀ ਨੂੰ ਕਹਿ ਕੇ ਮੈਨੂੰ ਪਕੌੜੇ ਦਿਓ ਕੱਢ ਕੇ ਉਧਰੋਂ ਜਾ ਅੰਦਰੋਂ ਚੱਕ ਪਵਨ ਨੇ ਦੱਸ ਜਾ ਮੈਨੂੰ ਪਕੌੜੇ ਨੀ ਦਿੰਦੇ ਉਹਦਾ ਧਿਆਨ ਦੇਖਿਓ ਕਿੱਦਾਂ ਉਹਦੇ ਅੱਲੂ ਓਏ ਤੈਨੂੰ ਇੰਨੇ ਸਵਾਲ ਲੈ 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 ਖੋਲਣੇ ਨੇ ਆ ਜਾ ਮੰਮੀ ਪਾਉਣ ਲੱਗੇ ਆ ਜਾ ਮੰਮੀ ਪਾਉਣ ਲੱਗੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰੀ ਮਹਿੰਦੀ ਬਹੁਤ ਸੋਹਣੀ ਚੜੀ ਸੀਗੀ ਬਹੁਤ ਜ਼ਿਆਦਾ ਸੋਹਣੀ ਕਿੱਲਾ ਹੋ ਗਿਆ ਹਾਏ ਹਾਏ ਕੈਚ ਮਿਸ ਹੋ ਗਿਆ ਖਤਮ ਮੰਮੀ ਹੈ ਨੀ ਇੱਕ ਅੱਧਾ ਪਾ ਦੋ ਇਹਨੂੰ ਵਿਚਾਰੇ ਨੂੰ ਇਹਨੂੰ ਇੱਥੋਂ ਖੋਲਣਾ ਇਹ ਗੁਰਿੰਦਰ ਜੀ ਦੇ ਲਈ ਆ ਕੈਚ ਕਰਾਇਓ ਇੱਥੋਂ ਚੱਲ ਠੀਕ ਆ ਹੁਣ ਜਾ ਭੱਜ ਜਾ ਡੈਡੀ ਤੋਂ ਲੈ ਲਈ ਨੜ ਜਾ ਡੈਡੀ ਤੋਂ ਲੈ ਤੂੰ ਕਹਿੰਦਾ ਪਚਣ ਵੀ ਨਹੀਂ ਦੇਣੇ ਉਹਨਾਂ ਨੂੰ ਸਹੀ ਆ ਕੱਲ ਮੈਂ ਆਹ ਲੈ ਜਾਣੇ ਲਿਫਾਫਾ ਚਾਹੀਦਾ ਇੱਕ ਉਫ ਉਫ ਇੰਨੇ ਲਿਫਾਫੇ ਸਾਡੇ ਹੋਏ ਗਾਬਾ ਗਾਰਮੈਂਟਸ ਦੇ ਇੰਨੇ ਜ਼ਿਆਦਾ ਕਿੱਦਾਂ ਆਹ ਤਾਂ ਵੱਡੇ ਆ ਛੋਟਾ ਹਾਂ ਹਾਂ ਇੰਨਾ ਕੁ ਚਾਹੀਦਾ ਗੁਰਿੰਦਰ ਦੀ ਉਹਨਾਂ ਦਾ ਪਾਰਸਲ ਅਸੀਂ ਉਵੇਂ ਖਾਧੇ ਸੀ ਪਰਸੋਂ ਪਕੌੜੇ ਪਰ ਹੈਗੇ ਠੰਡੇ ਸੀਗੇ ਉਹ ਉਹਨਾਂ ਦੇ ਕਿਸੇ ਦੇ ਪ੍ਰੋਗਰਾਮ ਸੀ ਨਹੀਂ ਮਤਲਬ ਪੁਰਾਣੇ ਸੀਗੇ ਉਹ ਇਹ ਤਾਜ਼ੇ ਸੀਗੇ ਲੈ ਵੀ ਪਵਨ ਵਾਲੇ ਕੱਪ 'ਚ ਚਾਹ ਪੀ ਲਈਏ ਪਰ ਇੰਨੀ ਨਹੀਂ ਲੈਣੀ ਮੈਂ ਮੰਮੀ ਨੇ ਕੇਰਨ ਵਾਲੇ ਕੱਪ 'ਚ ਪੀਣੀ ਹੈ ਡੈਡੀ ਦੇ ਸਾਰੇ ਸਾਰਿਆਂ ਨੂੰ ਖਿਲਾ ਕੇ ਫੇਰ ਖਾਣਾ ਹੈ ਹਨਾ
ਅੰਨਪੂਰਨਾ ਬਣੇ ਅੱਜ ਬਾਕੀ ਡੈਡੀ ਵਾਲੇ ਸਵਾਦ ਹੁੰਦੇ ਆ ਕੁਰਕੁਰੇ ਜੇ ਵੀ ਹੁੰਦੇ ਆ ਤੇ ਸੌਫਟ ਵੀ ਹੁੰਦੇ ਆ ਸਵਾਦ ਬਣਦੇ ਖੁੱਲ ਜਾਂਦੇ ਆ ਦਹੀਂ ਪਾਈ ਦਾ ਕਹਿੰਦੇ ਹਲਵਾਈ ਦਾ ਸਾਨੂੰ ਕੱਲੇ ਪਿਆਜ ਖੜਾਈ ਜਾਂਦਾ ਆ ਹੁਣ ਲੱਭਦੇ ਨੀ ਨੇਲਸ ਕੀਤੇ ਸੀ ਦੇਖੇ ਵਧੀਆ ਇੰਨੇ ਇੰਨੇ ਕਰਾਣੇ ਚਾਹੀਦੇ ਇੰਨੇ ਇੰਨੇ ਕਰਾਣੇ ਚਾਹੀਦੇ ਮੰਮੀ ਕਹਿੰਦੇ ਮਹਿੰਦੀ ਦੇ ਕਿੰਨੀ ਸੋਹਣੀ ਲਾਈ ਆ ਕੱਲ ਮੈਂ ਬੈਂਕ ਨੀ ਗਈ ਬੈਂਕ ਚ ਮੈਡਮ ਆ ਜਿਦਾਂ ਸ਼ੁਰੂ ਤੋਂ ਮੈਂ ਤੇ ਪਵਨਾ ਜਾਂਦੇ ਸੀ ਨਾ ਮਤਲਬ ਉਦੋਂ ਕੁਵਾਰੀ ਸੀ ਹੁਣ ਮਤਲਬ ਵਿਆਹ ਹੋ ਤਾਂ ਕਾਫੀ ਉਹ ਮਤਲਬ ਦੂਈ ਮੈਚਿਓਰ ਹੋਈ ਉਹ ਆ ਕਹਿੰਦੀ ਮਹਿੰਦੀ ਕਹਾਂ ਸੀ ਲਗਵਾਈ ਇਹ ਬਤਾਓ ਮੈਂ ਕਿਹਾ ਮਹਿੰਦੀ ਮੈਂ ਬਲਾਚੋਰ ਤੋਂ ਲਗਵਾਈ ਫਿਰ ਮੈਂ ਨੰਬਰ ਦਿੱਤਾ ਉਹਨਾਂ ਦਾ ਕਹਿੰਦੀ ਆ ਕੇ ਲਾ ਜੂਗੇ ਮੈਂ ਕਿਹਾ ਹਾਂ ਲਾ ਕੇ ਜਾਊਗੇ ਕਹਿੰਦੀ ਮਹਿੰਦੀ ਬਹੁਤ ਜ਼ਿਆਦਾ ਸੋਹਣੀ ਆ ਚੜੀ ਵੀ ਬਹੁਤ ਸੋਹਣੀ ਆ ਇਹ ਉੱਦਾਂ ਨਹੀਂ ਲਈ ਜਿੱਦਾਂ ਬਾਕੀ ਲੈਂਦੀਆਂ ਹੁੰਦੀਆਂ ਨਾ ਉਹ ਇੱਦਾਂ ਦੁਆ ਬਣ ਕੇ ਉੱਦਾਂ ਨਹੀਂ ਲਈ ਹੈਗੀ ਹਲੇ ਤੱਕ ਤਾਂ ਵਧੀਆ ਲਾਈ ਸੀਗੀ ਸਾਰੀ ਚਲੋ ਖਾ ਪੀ ਕੇ ਚੱਲੀਏ ਮੀਂਹ ਕਰਦਾ ਪੈਂਦਾ ਵੀ ਰਾਤ ਦਾ ਲਾਈਟ ਵੀ ਉਦੋਂ ਆਉਂਦੀ ਹੈ ਨੀ ਸਹੀ ਆ ਚਲੋ ਚਾਹ ਪੀ ਕੇ ਘੁੱਟ ਚੱਲੀਏ ਫਿਰ ਪਕੌੜੇ ਖਾ ਲਏ ਡੈਡੀ ਨੇ ਦਿਨ ਬਣਾ ਤਾ ਅੱਜ ਭੁੱਖ ਮਾਰਤੀ ਸਵੇਰ ਸਵੇਰੇ ਸਾਰੀ ਤੁਸੀਂ ਆਪੇ ਪਾਤਾ ਹੁਣ ਪਕੌੜਿਆਂ ਨਾਲ ਤਾਂ ਚਾਹੀਦੀ ਆ ਆ ਗਏ ਡੈਡੀ ਨੇ ਖੋ ਲੈਣੀ ਪਲੇਟ ਦਾ ਤੋਂ ਆ ਗਿਆ ਕਪਤਾਨ ਤੂੰ ਚਪੇੜਾ ਤਾਂ ਨਹੀਂ ਖਾਣੀਆਂ ਨਹੀਂ ਆਉਂਦਾ ਡੈਡੀ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਖਾਤਾ ਹੁਣ ਨੀ ਮਿਲਣਾ ਗੁਆਚ ਗਿਆ ਚੱਲ ਨੜ ਜਾ ਡੈਡੀ ਦੇ ਹੀ ਆ ਬਸ ਖਤਮ ਸਬਰ ਵੀ ਕਰੀ ਦਾ ਹੁੰਦਾ ਸਬਰ ਨਾਂ ਦੀ ਚੀਜ਼ ਹੈ ਨੀ ਡੈਡੀ ਨੇ ਹੈਟਣ ਥੋੜਾ ਦੇਣਾ ਉਹਨੂੰ ਉਹਨੇ ਰੱਜਣਾ ਸਟਾਰਟ ਹੋਣੀ ਆ ਮੇਰਾ ਅੱਜ ਕੱਲ ਦੇ ਵਿੱਚ ਮੈਂ ਟਰਾਈ ਕਰਿਆ ਕਰਨੀ 9 ਵਜੇ ਜਾਣ ਦੀ ਪਰ ਫਿਰ ਵੀ ਮੈਂ ਲੇਟ ਹੋਈ ਜਾਂਦੀ ਆ ਸਵਾਦ ਆ ਜੀ ਮੈਂ ਸਲੋਨ ਆ ਗਈ ਸੀਗੀ ਮਸੀ ਆਈ ਮੂੰਹ ਤੇ ਚਪੇੜਾ ਵੱਜਦੀਆਂ ਸੀ ਮੀਂਹੀਆਂ ਆਏ ਪਕੌੜੇ ਟੇਸਟ ਕਰਦੇ ਹੋਏ ਕਿੱਦਾਂ ਦਾ ਮੇਰੇ ਡੈਡੀ ਨੇ ਵਧੀਆ ਬਣਾਏ ਹਾਲੇ ਕਪਤਾਨ ਖੋਵੇ ਮੇਰੇ ਤੋਂ ਵਲੌਗ ਦੇਖਿਓ ਬਹੁਤ ਟੇਸਟੀ ਹੈ ਸੋਫਟ ਜੇ ਮੈਂ ਸਕੂਟੀ ਕੋਲ ਆਈ ਸਕੂਟੀ ਖੋ ਆ ਗਿਆ ਗੇਟ ਤੱਕ ਮੇਰੇ ਨਾਲ ਮੰਮੀ ਕਹਿੰਦੇ ਇਹਨੇ ਤੇ ਹੱਟਣਾ ਨਹੀਂ ਖੋ ਕੇ ਹੀ ਹੱਲਣਾ ਬੁਆ ਹੀ ਸੀ ਖਾਧੇ ਉਹਨੇ ਅੱਛਾ ਉਹਨੂੰ ਮੈਂ ਇੱਕ ਪਾਇਆ ਮੰਮੀ ਕਹਿੰਦੇ ਇੱਕ ਦਿਨ ਅਸੀਂ ਰੋਟੀ ਨਹੀਂ ਬਣਾਈ ਪਕੌੜੇ ਬਣਾਏ ਸੀ ਮੈਂ ਉੱਧਰ ਸੀਗੀ ਉਦੋਂ ਕਹਿੰਦੇ ਇਹਨੇ ਰੋਟੀ ਨਹੀਂ ਖਾਧੀ ਇਹਨੇ ਪਕੌੜੇ ਹੀ ਖਾਧੇ ਉਹ ਵੀ ਉਨੇ ਜਿੰਨੇ ਅਸੀਂ ਖਾਧੇ ਮੈਂ ਸਹੀ ਆ
ਮਗਰ ਮਗਰ ਘੁੰਮ ਗਿਆ ਮੈਂ ਕਿਹਾ ਤੜਕੇ ਮਾਰ ਕੇ ਬੋਰ ਹੋਇਆ ਵੀ ਹੁਣ ਮੈਂ ਪਕੌੜੇ ਖਾ ਲਵਾਂ। ਸਹੀ ਗੱਲ, ਵਧੀਆ ਲੱਗੇ ਬਹੁਤ ਜ਼ਿਆਦਾ ਟੇਸਟੀ ਹੋ। ਕਿੰਨੇ ਖਾ ਲੈਣੇ? ਸਹੀ ਆ। ਚਲ ਜੜਗਨ ਲੈ ਕੇ ਜਾ ਲੈ, ਕੁੜੀ ਨੂੰ ਲੈ ਜਾ। ਠੀਕ ਆ, ਚਲੋ ਜੀ ਹੁਣ ਦੇਖਦੇ ਆ ਕੀ ਬਣਦਾ। ਮੈਂ ਬਾਲ ਬੁਲ ਐਨ ਭੇਜੇ ਸੀਗੇ ਅਤੇ ਮੈਂ ਆ ਕੇ ਟਰਾਈ ਕੀਤੇ, ਉਦੋਂ ਮਤਲਬ ਮੀਂਹ ਇੰਨਾ ਜ਼ਿਆਦਾ ਤੇਜ਼ ਨਹੀਂ ਸੀਗਾ, ਪਰ ਫਿਰ ਵੀ ਮੀਂਹ ਮਤਲਬ ਕਿਣੀਆਂ ਸੀਗੀਆਂ ਭੇਜਦਾ ਸੀ ਬੰਦਾ। ਮੂੰਹ 'ਤੇ ਤਾਂ ਐਂ ਪੈਂਦੀਆਂ ਸੀ ਨਾ, ਮੈਂ 60 ਦੀ ਸਪੀਡ 'ਤੇ ਆਈ, ਸੂਈਆਂ ਵਾਂਗੂ ਵੱਜਦਾ ਸੀ। ਇੱਕ ਬਹੁਤ ਮੋਟਾ ਕੀਣਾ ਡਿੱਗਿਆ ਇੱਥੇ, ਜਿੱਦਾਂ ਪਤਾ ਨਹੀਂ ਕੀ ਵੱਜਿਆ ਹੁੰਦਾ, ਕਿ ਦਰੱਖਤ ਵਾਲੇ ਨੰਗਲ ਲੱਗੀ ਮੈਂ ਉੱਥੋਂ, ਉਹਦੇ ਤੋਂ ਡਿੱਗਿਆ ਹੋਣਾ ਇੰਨਾ ਜ਼ੋਰ 'ਤੇ। ਅਤੇ ਬਾਕੀ ਚਲੋ ਬ੍ਰੇਕਫਾਸਟ ਅੱਜ ਸਾਡਾ ਹੋ ਗਿਆ ਬਹੁਤ ਜ਼ਿਆਦਾ ਹੈਵੀ ਹੈਵੀ, ਹੁਣ ਸਟਾਰਟ ਕਰਦੇ ਹਾਂ ਕੰਮ। ਮੈਂ ਤੁਹਾਨੂੰ ਨੇਲਸ ਦਿਖਾਏ ਆਪਣੇ ਵਲੌਗ ਦੇ ਵਿੱਚ, ਮੈਨੂੰ ਲੱਗਦਾ ਨਹੀਂ, ਆਹ ਨੇਲਸ ਮੈਂ ਕੀਤੇ ਆ। ਪਹਿਲੀ ਵਾਰ ਇੰਨੇ ਛੋਟੇ ਛੋਟੇ ਨੇਲਸ ਕੀਤੇ ਮੈਂ। ਤੁਹਾਡੀ ਮਹਿੰਦੀ ਦਿਖਾਈ? ਉਹ ਮਹਿੰਦੀ ਦਿਖਾਈ ਨਹੀਂ ਅਸੀਂ ਉਹਨਾਂ ਦੀ, ਹੁਣ ਤਾਂ ਉਤਰਨ ਵੀ ਲੱਗ ਗਈ, ਪਰ ਬਹੁਤ ਵਧੀਆ ਮਹਿੰਦੀ ਲਾਈ ਸੀ ਦਮ ਜ਼ਬਰਦਸਤ ਵਾਲੀ। ਹੁਣ ਆਪਾਂ ਲਾਉਣੀ ਆ ਮਹਿੰਦੀ, ਕਦੋਂ ਕਰਵਾ ਚੌਥ ਨਹੀਂ ਲੱਗਣੀ, ਹੁਣ ਤਾਂ ਪਹਿਲਾਂ ਲੱਗੂਗੀ, ਲਗਵਾ ਸਕਦੇ ਪਹਿਲਾਂ ਵੀ ਲਗਵਾ ਸਕਦੇ। ਚਲੋ ਹੁਣ ਤਾਂ ਸਾਉਣ ਮਹੀਨਾ ਲੰਘ ਗਿਆ, ਚਲੋ ਸਹੀ ਆ, ਹੋਪਫੁਲੀ ਟਰਾਈ ਕਰੂੰਗੀ ਬਲੌਗ ਕੰਟੀਨਿਊ ਕਰਾਂ ਅੱਗੇ। ਮਹਿੰਦੀ ਵਾਲਾ ਇੱਥੇ ਪਹਿਲਾਂ ਬਣਿਆ ਆ, ਉਹ 2 ਕੁ ਦਿਨ ਪਹਿਲਾਂ ਦਾ ਆ, ਬਟ ਉਸ ਤੋਂ ਬਾਅਦ 'ਚ ਕੰਟੀਨਿਊ ਨਹੀਂ ਕਰ ਹੋਇਆ ਸੀਗਾ, ਅਤੇ ਅੱਜ ਮੈਂ ਕਿਹਾ ਚਲੋ ਬਣਾ ਹੀ ਦਿੰਦੇ ਹਾਂ। ਦੂਜੀ ਵਾਰ ਲੰਚ ਸਟਾਰਟ ਹੋ ਗਿਆ, ਇੱਕ ਵਾਰ ਰੋਟੀਆਂ, ਦੂਜੀ ਵਾਰ ਦਲੀਆ, ਹੁਣ ਹੈਲਦੀ ਚੱਲ ਪਏ ਦਲੀਆ। ਮੈਨੂੰ ਵੀ ਖਿਲਾਉਣਾ ਸੀ, ਤੁਸੀਂ ਭੁੱਲ ਜਾਂਦੇ ਆ। ਚਲੋ ਜੀ, ਅਤੇ ਬਸ ਤੁਸੀਂ ਸਵੇਰੇ ਪਕੌੜੇ ਖਾਧੇ ਸੀ, ਅੱਗੇ ਥੋੜ੍ਹਾ ਬਹੁਤਾ ਕੰਮ ਨੀਲਸ ਦਿਖਾਈ ਹੋ ਆਪਣੇ। ਮੈਂ ਇਹਨਾਂ ਨਾਲ ਗੁੱਸੇ ਆ ਨਹੀਂ, ਮੇਰੇ ਤੋਂ ਨੇਲਸ ਨਹੀਂ ਕਰਾਏ, ਚਲੋ ਟਾਈਮ ਤਾਂ ਹੁੰਦਾ ਨਹੀਂ, ਮੇਰੇ ਨਾਲ ਤਾਂ ਹੀ ਉਹ ਕਰਵਾਇਆ ਉਹਨਾਂ ਨੇ ਵੀ ਸੇਮ ਸ਼ੇਪ। ਤੁਹਾਡੇ ਥੋੜ੍ਹੇ ਜ਼ਿਆਦਾ ਛੋਟੇ ਨਹੀਂ ਮੇਰੇ ਨਾਲੋਂ? ਛੋਟੇ ਕਰਵਾਏ ਥੋੜ੍ਹੇ ਜਿਹੇ, ਇਹਨਾਂ ਨੂੰ ਵੀ ਜ਼ਿਆਦਾ ਆ ਤਾਂ ਕਰਕੇ। ਬਾਕੀ ਅੱਜ ਮੀਂਹ ਪਈ ਜਾਂਦਾ ਆ ਬਾਹਰ, ਅਤੇ ਅੱਜ ਸਟਾਫ ਵੀ ਥੋੜ੍ਹਾ ਘੱਟੇ ਸੀਗਾ, ਸਟੂਡੈਂਟ ਵੀ ਨਹੀਂ ਅੱਜ ਆਏ, ਮੀਂਹ ਨੇ ਛੁੱਟੀਆਂ ਕਰਾ ਦਿੱਤੀਆਂ ਸਾਰਿਆਂ ਦੀਆਂ। ਹੁਣ ਮੈਂ ਟਰਾਈ ਕਰੂੰਗੀ, ਅਗਰ ਮੇਰਾ ਵਲੌਗ ਮਤਲਬ ਕੰਪਲੀਟ ਹੋ ਗਿਆ ਤਾਂ ਮੈਂ ਅਪਲੋਡ ਕਰਨਾ। ਵੈਦਰ ਹਲੇ ਵੀ ਧੁੱਪ ਥੋੜ੍ਹੀ ਨਿਕਲੀ ਹੈ ਨਾ, ਅਤੇ ਬਾਕੀ ਦੇਖਦੇ ਹਾਂ, ਕੰਪਲੀਟ ਹੋ ਜਾਵੇ ਤਾਂ ਫਿਰ ਮੈਂ ਅੱਜ ਹੀ ਅਪਲੋਡ ਕਰੂੰਗੀ। ਪਕੌੜੇ ਉਹਨੇ ਅੱਜ ਸੁਸਤੀ ਪਾਤੀ, ਰੀਲ ਲਈ ਸਟਰਗਲ ਦੇਖੋ, ਐਕਸਪ੍ਰੈਸ਼ਨ ਚੈੱਕ ਕਰਦੇ। ਪੂਰੀ ਫਿਲਮ ਬਣਾ ਦੇਣੀ ਨੇਲਸ ਤੇ। ਬਾਬੇ ਘਮੇਟੇ ਆ ਲਾ ਪਏ ਮੈਨੂੰ, ਲੈ ਵੀ ਦੇਖ ਸੋਹਣੀ ਬਣੀ।